ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਗੁੱਸਾਏ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਪੀਲ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਸੁਣਾਈ ਜਾਵੇ। ਸਾਡੀ ਪੁਰਜ਼ੋਰ ਅਪੀਲ ਹੈ ਪੰਜਾਬ ਗੌਰਮੈਂਟ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਬਹਿਬਲ ਕਾਂਡ ਦੇ ਦੋਸ਼ੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੂਰਾ ਪੰਜਾਬ ਤੜਪ ਰਿਹਾ ਕਿ ਉਹਨਾਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ। ਬਹਿਬਲ ਕਾਂਡ ਦੇ ਦੋਸ਼ੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਜਿਹੜੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣੇ ਚਾਹੀਦੇ ਆ। ਅਜੇ ਤੱਕ ਕੋਈ ਕਾਰਵਾਈ ਨਹੀਂ ਹੈ। ਕੈਪਟਨ ਸਰਕਾਰ ਨੂੰ ਪੰਜਾਬ ਦੇ ਮਾਹੌਲ ਨੂੰ ਵੇਖਦਿਆਂ ਮੁੱਦੇ ਨਜ਼ਰ ਰੱਖਦਿਆਂ ਜਲਦੀ ਤੋਂ ਜਲਦੀ ਇਹਨਾਂ 'ਤੇ ਗ੍ਰਿਫਤਾਰੀ ਪਾਉਣੀ ਚਾਹੀਦੀ ਹੈ। ਕਾਂਡ ਹੋਇਆ ਮਹਾਰਾਜ ਦੇ ਸਰੂਪ ਦਾ, ਇਹ ਬਾਦਲ ਪਰਿਵਾਰ ਜਿਹੜਾ ਸਤਵੀਰ ਸਾਰਿਆਂ ਦਾ ਹੱਥ ਕਰਕੇ ਹੋਇਆ, ਕਿ ਅਜੇ ਤੱਕ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੋਇਆ। ਕਿੰਨਾ ਚਿਰ ਹੋ ਗਿਆ ਉਹਦੇ ਦੋਸ਼ੀ ਆ ਜਿਹੜਾ ਕਿ ਗਨਾਹਦਾਰ ਇਹੋ ਹੀ ਪਰਿਵਾਰ ਆ ਕਿ ਲੋਕਾਂ ਨੂੰ ਉੱਤੂ ਬਣਾ ਕੇ ਵੋਟਾਂ ਲੈ ਕੇ ਬੰਦੇ ਰਹੇ ਆ। ਉਹਦੇ ਜਿਹੜਾ ਰਾਮ ਰਹੀਮ ਸਿੰਘ ਆ ਉਹਨੂੰ ਇਹ ਕਾਲ ਤੱਕ ਤੋਂ ਇਹਨੂੰ ਮਾਫੀਨਾਮਾ ਦੇਣ ਡੇ ਆ, ਉਹ ਵੀ ਇਹਨਾਂ ਬੜਾ ਨਜਾਇਜ਼ ਕੀਤਾ, ਇੱਦਾਂ ਚਾਹੀਦਾ ਨਹੀਂ ਗਾ। ਉੱਥੇ ਬਾਕੀ ਪੰਥ ਨੂੰ ਵੀ ਪਤਾ ਲੱਗੇ ਵੀ ਇਹ ਜਿਹੜਾ ਕੰਮ ਆ ਇੱਕ ਆਪਾਂ ਖਰੀਦਿਆ ਏਜੰਟ ਕਹਿ ਲਓ, ਲੋਕਾਂ ਨੂੰ ਬੁੱਧੂ ਬਣਾ ਖਰੀਦਾ ਕਿ ਲੋਕਾਂ ਨੂੰ ਗੁਮਰਾਹ ਕੀਤਾ ਇਹਨੇ ਵੀ ਉਹ ਕਾਲ ਤੱਕ ਵਰਲਡ 'ਤੇ ਮੰਨੀ ਪਈ ਆ। ਇਹੋ ਜਿਹੀ ਹੋਰ ਕੋਈ ਸਭ ਨੇ ਉੱਚਾ ਸੁੱਚਾ ਪੰਥ ਆ ਅਤੇ ਗੁਰੂ ਗ੍ਰੰਥ ਸਾਹਿਬ ਉਹਦੇ ਮੁੱਦੇ 'ਚ ਵੇਖੋ ਇੱਕ ਇਹਨੂੰ ਜੇ ਰਾਮ ਰਹੀਮ ਨੂੰ ਅੰਦਰ ਉੱਥੇ ਵਿਯੋਗ ਲਾਇਆ ਵੀ ਇਹ ਜੋ ਉਹਨੇ ਕੰਮ ਮਹਾਰਾਜ ਦਾ ਉਹਨੇ ਪੰਜ ਪਿਆਰੇ ਨੂੰ ਸੱਤ ਪੰਜ ਪਿਆਰੇ ਵੀ ਬਣਾ ਦਿੱਤੇ ਉਹਨੂੰ ਦਰਬਾਰ ਸਾਹਿਬ ਤੋਂ ਇਹ ਉਹਨੂੰ ਮਾਫੀਨਾਮਾ ਦੇਣ ਡਿਆ। ਉਹ ਚੈਨਲ 'ਤੇ ਦੱਸਣ ਡਿਆ ਵੀ ਮੈਂ ਕਿਸੇ ਤੋਂ ਗਿਆ ਨਹੀਂ ਕਿ ਉੱਥੋਂ ਉਹਨੂੰ ਮਾਫੀਨਾਮਾ ਦੇਣ ਡਿਆ। ਕੋਈ ਉਹਨੇ ਭਾਂਡੇ ਨਹੀਂ ਸਾਫ਼ ਕੀਤੇ, ਕੋਈ ਦਸ ਦਿਨ ਸੇਵਾ ਨਹੀਂ ਉਹਨੂੰ ਲਈ, ਉਹਨੂੰ ਘਰ ਬੈਠੇ ਨੂੰ ਆਪਣੇ ਡੇਰੇ 'ਚ ਇਹ ਮਾਫ਼ੀ ਦੇਣ ਡਿਆ। ਦੇਖੋ ਇਹ ਸਾਡੀ ਕੌਮ ਦਾ ਜਿਹੜਾ ਲੋਕਾਂ ਨੂੰ ਆਉਂਦੇ ਆ, ਇਹ ਪੰਜਾਬ ਦਾ ਮੁਖੀ ਆ, ਇਹ ਜਿਹੜਾ ਸੁਖਬੀਰ ਬਾਦਲ ਇਹੋ ਜਿਹੇ ਬੰਦੇ ਜਿਹੜੇ ਆ, ਇਹ ਤਾਂ ਪਰਮੇਸ਼ੁਰ ਇਹੋ ਜਿਹੇ ਬੰਦਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ।